ਟਾਈਮ ਇੱਕ ਇਹੋ ਜਿਹੀ ਚੀਜ਼ ਆ ਜਿਹੜਾ ਕਦੀ ਨਹੀਂ ਰੁਕਦਾ, ਕਿਹੜੇ ਵੇਲੇ ਆ ਕੇ ਲੰਘ ਜਾਂਦਾ ਪਤਾ ਨਹੀਂ ਲੱਗਦਾ। ਜਿੱਦਾਂ ਹੁਣ ਇੱਥੇ ਲੋਕਾਂ ਨੂੰ ਕ੍ਰਿਸਮਸ ਦੀ ਬੜੇ ਚਿਰ ਤੋਂ ਵੇਟ ਸੀ, ਅਤੇ ਕਿਹੜੇ ਵੇਲੇ ਕ੍ਰਿਸਮਸ ਆਈ ਅਤੇ ਕਿਹੜੇ ਵੇਲੇ ਚੱਲ ਗਈ। ਸਾਰਾ 2023 ਖਤਮ ਹੋ ਗਿਆ ਅਤੇ ਨਵਾਂ ਸਾਲ 2024 ਚੜ੍ਹ ਗਿਆ। ਅੱਜ ਸਾਲ ਹੋ ਗਿਆ ਮੈਨੂੰ ਅਤੇ ਮੈਂ ਸਾਲ ਬਾਅਦ ਇੱਥੇ ਆਇਆ। ਲੋਕ ਆ ਬ੍ਰਿਜ ਵੇਖਣ ਪਹਿਲੇ ਪਹਿਲੇ ਦਿਨ ਹੀ ਆ ਜਾਂਦੇ, ਮਤਲਬ ਜਿੰਨੇ ਨਵੇਂ ਨਵੇਂ ਆਉਂਦੇ ਆ। ਮੈਨੂੰ ਇੰਗਲੈਂਡ ਆਏ ਨੂੰ 1 ਸਾਲ ਹੋ ਗਿਆ ਪੂਰਾ, ਅਤੇ 1 ਸਾਲ ਇੱਦਾਂ ਲੰਘਿਆ ਜਿੱਦਾਂ 1 ਮਹੀਨਾ ਆਉਂਦਾ, ਪਤਾ ਹੀ ਨਹੀਂ ਲੱਗਾ ਕਿਹੜੇ ਦਿਨ ਲੰਘਿਆ। It feels a million miles away, but when I'm close to you, I pray that I'll never have to leave. There's nothing more in life I want than just to feel your beating heart and let you know that I am near. The sun is setting fast, I know, and I can feel. ਜਦੋਂ ਹੀ ਛੋਟੇ ਨਹੀਂ ਸਕੂਲੇ ਜਾਂਦੇ ਨਹੀਂ, ਉਦੋਂ ਸਾਰਾ ਸਾਰਾ ਦਿਨ ਟਾਈਮ ਨਹੀਂ ਲੰਘਦਾ ਹੁੰਦਾ। 1 ਦਿਨ ਇੱਦਾਂ ਲੱਗਦਾ ਹੁੰਦਾ ਜਿੱਦਾਂ ਮਹੀਨਾ, ਅਤੇ ਮਹੀਨਾ ਸਾਲ ਵਾਂਗੂ ਲੱਗਦਾ ਹੁੰਦਾ ਹੈ। ਅਤੇ ਹੁਣ ਟਾਈਮ ਬਹੁਤ ਤੇਜ਼ ਹੋ ਗਿਆ, ਜਿੱਦਾਂ ਜਿੱਦਾਂ ਟੈਕਨੋਲੋਜੀ ਤੇਜ਼ ਹੋਈ ਜਾਂਦੀ ਹੈ ਉਦੋਂ ਉਦੋਂ ਟਾਈਮ ਵੀ ਤੇਜ਼ ਹੋਈ ਜਾਂਦਾ। Even in the middle of a dream, so turn the car around and leave. Meet me underneath the tree inside the valley that we made. And with our hands we'll make the best of the life that we have left. And we will never say goodbye. Oh,
turn the car around and leave. And with our hands we'll make the best of the life that we have left, and we will never say goodbye. And if we do, we'll meet again, knowing love was heaven sent, and I've never felt this way. ਮੈਂ 20 ਸਾਲਾਂ ਦਾ ਸੀ ਜਦੋਂ ਮੈਂ ਪੜ੍ਹਾਈ ਕਰਨ ਆਸਟ੍ਰੇਲੀਆ ਗਿਆ ਸੀ, ਅਤੇ 20 ਸਾਲਾਂ ਤੋਂ ਬਾਅਦ ਮੈਂ ਕਦੋਂ 30 ਦਾ ਹਾਂ ਯਕੀਨ ਜਿਹਾ ਨਹੀਂ ਹੁੰਦਾ। ਇਹ 10 ਸਾਲ ਜ਼ਿੰਦਗੀ ਦੇ ਦਿੰਦੇ ਜਿੱਦਾਂ 10 ਮਹੀਨੇ ਹੁੰਦੇ।